भी मैनू पूरा ही डर है जी भी मेरी बच्ची नू ये मार देंगे, भारत खिलाफ गोगली पुत्र मेहती सिंह रामगढ़ के खिलाफ दर्ज रजिस्ट्री किया है। मेरी कुड़ी नू कोई गलबात होंगी है, चारे जने जिम्मेदार है जी, सोना सिंह, गग्गा सिंह, गुरबचन सिंह, गोगली सिंह, हाँ जी ये चारे जिम्मेदार है, जिहड़े बंदे आ चारे इन्हां ते कार्रवाई होनी चाहिए है जी। मेरे वल्लों पहला सोना सिंह जी, प्यो दा नाम बेअंत सिंह जी, एक गग्गा सिंह जी, प्यो दा नाम गुरबस सिंह जी, हाँ जी एक गोगली सिंह जी, प्यो दा नाम मेजर सिंह जी, हाँ जी भान सिंह जी, पुत्र गुरबचन सिंह जी, मेरी कुड़ी नूं इह चारे गवाह करके लैके गए जी। ਇਹ ਕਿੰਨੇ ਦਿਨ ਪਹਿਲਾਂ ਦੀ ਗੱਲ ਹੈ ਜੀ? ਅੱਜ 9 ਦਿਨ ਹੋ ਗਏ ਜੀ। ਤੁਸੀਂ ਇਹਦੀ ਕੋਈ ਮਤਲਬ ਥਾਣੇ ਕੋਈ ਐਫ ਆਈ ਆਰ ਦਰਜ ਕਰਵਾਈ? ਜਾਂਦੇ ਆ ਜੀ, ਮੁੜੇ ਆਉਂਦੇ ਆ ਕਹਿੰਦੇ ਹਾਂ ਭਾਲਦੇ ਹਾਂ, ਅਸੀਂ ਤੁਰੇ ਫਿਰਦੇ ਹਾਂ, ਅਸੀਂ ਜਾਂਦੇ ਹਾਂ, ਸਾਨੂੰ ਕੋਈ ਸੁਣਵਾਈ ਨਹੀਂ ਮਿਲੀ ਜੀ ਹਜੇ 9 ਦਿਨ ਹੋ ਗਏ ਅੱਜ। ਮੈਂ ਬਹੁਤ ਦੁਖੀ ਹਾਂ ਜੀ, ਇਹਦਾ ਮੈਨੂੰ ਡਰ ਹੈ ਜੀ ਮੇਰੀ ਕੁੜੀ ਨੂੰ ਮਾਰ ਨਾ ਦੇਣ, ਚਾਰਾਂ ਦੀ ਮੈਨੂੰ ਪੂਰਾ ਡਰ ਹੈ ਵੀ ਮੇਰੀ ਕੁੜੀ ਨੂੰ ਮਾਰ ਨਾ ਦੇਣ। ਇਹ ਮੇਰੀ ਕੁੜੀ ਨੂੰ ਪਹਿਲਾਂ ਵੀ ਧਮਕੀਆਂ ਦਿੰਦੇ ਰਹੇ ਆ ਜੀ ਵੀ ਤੇਰੀ ਕੁੜੀ ਨੂੰ ਅਸੀਂ ਮਾਰ ਦਾਂਗੇ, ਐਂ ਕਰ ਦਾਂਗੇ। ਹਾਂਜੀ ਮੇਰੀ ਕੁੜੀ ਹਮੇਸ਼ਾ ਇਹਨਾਂ ਤੋਂ ਡਰਦੀ ਰਹਿੰਦੀ ਸੀ, ਫੋਨ ਲਾ ਕੇ ਕਹਿੰਦੇ ਹੁੰਦੇ ਸੀਗੇ ਤੈਨੂੰ ਅਸੀਂ ਮਾਰ ਦਾਂਗੇ, ਧਮਕੀਆਂ ਪੂਰੀਆਂ ਦਿੱਤੀਆਂ, ਕੁੜੀ ਨੂੰ ਡਰਾ ਕੇ ਲੈ ਕੇ ਗਏ ਜੀ। ਹਾਂਜੀ ਐਂ ਕਹਿੰਦੇ ਹੁੰਦੇ ਸੀ ਵੀ ਤੂੰ ਜੇ ਸਾਡੀ ਗੱਲ ਨਾ ਮੰਨੀ, ਚਾਰੇ ਕਹਿੰਦੇ ਹੁੰਦੇ ਸੀ ਵੀ ਅਸੀਂ ਮਾਰ ਦਾਂਗੇ ਤੈਨੂੰ, ਪੂਰੀਆਂ ਧਮਕੀਆਂ ਦਿੰਦੇ ਸੀ ਜੀ, ਕੀ ਪਤਾ ਕੁੜੀ ਨੂੰ ਕੀ ਕਰਿਆ ਇਹਨਾਂ ਨੇ, ਕਿਵੇਂ ਮਗਰ ਲਾ ਕੇ ਲੈ ਗਏ। ਹਾਂਜੀ ਵੀਰ ਜੀ ਮੈਂ ਬਹੁਤ ਦੁਖੀ ਹਾਂ, ਜਿੰਨੀ ਕਹਿੰਦੇ ਵੀ ਮੈਨੂੰ ਕੋਈ ਇਨਸਾਫ਼ ਨਹੀਂ ਮਿਲਿਆ, ਵੀ ਇਹਨਾਂ ਨੂੰ ਕੋਈ ਸਜ਼ਾ ਮਿਲਣੀ ਚਾਹੀਦੀ ਹੈ। ਮੈਂ ਬਹੁਤ ਦੁਖੀ ਹਾਂ ਵੀਰ ਜੀ, ਜਿੰਨਾ ਕਹਿੰਦੇ ਉਨੀ ਦੁਖੀ ਹਾਂ। ਪੁਲਿਸ ਕਿਸੇ ਨੂੰ ਵੀ ਉਹਨਾਂ ਦੇ ਘਰ ਦੇ ਜੀ ਨੂੰ ਚਾਰਾਂ 'ਚੋਂ ਕਿਸੇ ਨੂੰ ਵੀ ਚੱਕ ਸਕਦੀ ਹੈ ਵੀਰ ਜੀ, ਜੇ ਮੈਂ ਗਰੀਬ ਨਹੀਂ ਕਰ ਰਹੀ ਤਾਂ ਕਰਕੇ ਨਹੀਂ ਉੱਤਰ ਚੱਕ ਰਹੀ ਪੁਲਿਸ। ਹਾਂਜੀ ਮੈਨੂੰ ਇਹਦਾ ਇਨਸਾਫ਼ ਮਿਲਣਾ ਚਾਹੀਦਾ ਜੀ, ਇਹ ਗੱਲਾਂ ਵੀ ਮੈਨੂੰ ਪੂਰਾ ਹੀ ਡਰ ਹੈ ਜੀ ਵੀ ਮੇਰੀ ਬੱਚੀ ਨੂੰ ਇਹ ਮਾਰ ਦੇਣਗੇ, ਮੇਰੀ ਬੱਚੀ ਮੈਨੂੰ ਛੇਤੀ ਤੋਂ ਛੇਤੀ ਮੇਰੇ ਕੋਲ ਆਉਣੀ ਚਾਹੀਦੀ ਹੈ ਜੀ। ਕਿਹੜਾ ਪਿੰਡ ਤੁਹਾਡਾ ਜੀ? ਰਾਮਗੜ੍ਹ ਹੈ ਜੀ। ਬਹੁਤ ਦੁਖੀ ਹਾਂ ਜੀ, ਮੈਂ ਪੈਸੇ ਧੇਲੇ ਨੂੰ ਵੀ ਮਨਤਾ ਕਰਦੀ ਫਿਰਦੀ ਹਾਂ, ਮੈਂ ਬਹੁਤ ਬਹੁਤ ਮੇਰੇ 'ਤੇ ਗਰੀਬੀ ਹੈ ਜੀ, ਮੇਰੀ ਹੱਥ ਬੰਨ ਕੇ ਬੇਨਤੀ ਹੈ ਮੇਰੀ ਉਸ ਗੱਲ ਨਹੀਂ ਕਰ ਸਕੀ, ਕੋਈ ਮਿਲਣਾ ਚਾਹੀਦਾ ਜੀ ਇਹਦਾ। ਮੈਨੂੰ ਅੱਜ 9 ਦਿਨ ਹੋ ਗਏ ਜੀ, ਦਿਨ ਰਾਤ ਮੈਂ ਘਰੇ ਖੜ ਕੇ ਨਹੀਂ ਦੇਖਿਆ ਜੀ, ਮੇਰੇ ਘਰ ਨੂੰ ਜਿੰਦਾ ਲੱਗਿਆ ਹੋਇਆ ਸੀ ਤਿਉਹਾਰ ਵਾਲੇ ਦਿਨ। ਹਾਂਜੀ ਵੀਰ ਜੀ, ਜਿਹਦਾ ਬੱਚਾ ਜਾਂਦਾ ਉਹਨੂੰ ਕਿੰਨਾ ਦੁੱਖ ਆ, ਜਾਂ ਰੱਬ ਨੂੰ ਪਤਾ ਜਾਂ ਮੈਨੂੰ ਪਤਾ ਜੀ, ਜਿਹਦਾ ਬੱਚਾ ਜਾਂਦਾ ਉਹਨਾਂ ਨੂੰ ਪਤਾ ਵੀ ਮੈਂ ਕਿੰਨੀ ਦੁਖੀ ਹਾਂ। ਹਾਂਜੀ ਜਲਦੀ ਤੋਂ ਜਲਦੀ ਇਹਨਾਂ ਨੂੰ ਜਾਂਚ ਕਰਨੀ ਚਾਹੀਦੀ ਹੈ ਜੀ ਪੁਲਿਸ ਨੂੰ, ਮੇਰੀ ਬੱਚੀ ਛੇਤੀ ਤੋਂ ਛੇਤੀ ਮੇਰੇ ਕੋਲ ਆ ਜੇ, ਮੈਨੂੰ ਬਹੁਤ ਡਰ ਹੈ ਜੀ ਵੀ ਮੇਰੀ ਬੱਚੀ ਨੂੰ ਇਹ ਮਾਰ ਦੇਣਗੇ ਚਾਰੇ। ਨਹੀਂ ਸੁਣਦਾ ਜੀ ਕੋਈ ਨਹੀਂ ਸੁਣਦਾ, ਅੱਜ ਮੈਨੂੰ 9 ਦਿਨ ਹੋ ਗਏ ਕਰਦੇ। ਹਾਂਜੀ ਜੇ ਮੇਰੀ ਕੁੜੀ ਨੂੰ ਕੋਈ ਵੀ ਗੱਲਬਾਤ ਹੁੰਦੀ ਹੈ, ਮੇਰੇ ਘਰ ਦੇ ਮੈਂਬਰ ਨੂੰ ਹੁੰਦੀ ਹੈ, ਮੇਰੀ ਕੁੜੀ ਨੂੰ ਗੱਲਬਾਤ, ਪਹਿਲਾ ਨੰਬਰ ਤਾਂ ਮੇਰੀ ਕੁੜੀ ਨੂੰ ਕੋਈ ਗੱਲਬਾਤ ਹੁੰਦੀ ਹੈ, ਇਹ ਚਾਰੇ ਜਣੇ ਜ਼ਿੰਮੇਦਾਰ ਹੈ ਜੀ, ਸੋਨਾ ਸਿੰਘ, ਗੱਗਾ ਸਿੰਘ, ਗੁਰਬਚਨ ਸਿੰਘ, ਗੋਗਲੀ ਸਿੰਘ, ਹਾਂਜੀ ਇਹ ਚਾਰੇ ਜ਼ਿੰਮੇਦਾਰ ਹੈ। ਮੇਰੇ ਘਰੇ ਵੀ ਕੋਈ ਗੱਲ ਹੁੰਦੀ ਆ, ਮੇਰੀ ਬੱਚੀ ਨੂੰ ਜਿਹੜੀ ਨੂੰ ਇਹ ਲੈ ਕੇ ਗਏ ਆ ਉਹਨੂੰ ਵੀ ਕੋਈ ਗੱਲਬਾਤ ਹੁੰਦੀ ਹੈ, ਇਹ ਜ਼ਿੰਮੇਦਾਰ ਹੈ। ਹਾਂਜੀ ਗੱਗੇ ਸਿੰਘ ਨੇ 22,000 ਰੁਪਇਆ ਦੇ ਕੇ ਤੋਰੇ ਆ ਜੀ, ਫਿਰ ਉਦੋਂ ਗੱਗੇ ਤੋਂ ਲੈ ਕੇ ਪੈਸੇ ਫਿਰ ਸੋਨੇ ਸਿੰਘ ਨੇ ਗੋਗਲੀ ਸਿੰਘ ਨੂੰ ਦਿੱਤੇ ਆ, ਨਾਲ ਗੁਰਬਚਨ ਹੈ ਜੀ, ਗੁਰਬਚਨ ਨੇ ਮੋਟਰਸਾਈਕਲ ਫੜਾਇਆ, ਪਹਿਲਾਂ ਸੋਨੇ ਨੇ ਫੜਾਇਆ ਮੋਟਰਸਾਈਕਲ ਆਪਦਾ, ਸੋਨੇ ਦਾ ਮੋਟਰਸਾਈਕਲ ਹੈ ਜੀ, ਗੁਰਬਚਨ ਫੜਾ ਕੇ ਆਏ, ਛੱਡ ਕੇ ਆਏ ਆ ਜੀ ਚਾਰੇ ਜਣੇ, ਚਾਰੇ ਜਣੇ ਇਕੱਠੇ ਸੀ ਜੀ ਉਹ, ਇਹਨਾਂ ਨੂੰ ਪਤਾ ਸਾਰੇ ਕਾਸੇ ਦਾ ਵੀ ਕੀ ਗੱਲਬਾਤ ਆ। ਹਾਂਜੀ ਵੀਰ ਜੀ ਇਹਦਾ ਇਨਸਾਫ਼ ਮਿਲਣਾ ਚਾਹੀਦਾ ਸਾਨੂੰ ਜੀ, ਜਿਹੜੇ ਬੰਦੇ ਆ ਚਾਰੇ ਇਹਨਾਂ 'ਤੇ ਕਾਰਵਾਈ ਹੋਣੀ ਚਾਹੀਦੀ ਹੈ ਜੀ ਮੇਰੇ ਵੱਲੋਂ। ਲੜਕੀ ਨੂੰ ਭਜਾ ਕੇ ਲੈ ਗਏ, ਚਾਰ ਬੰਦੇ ਨੇ ਅਗਵਾ ਕੀਤਾ, ਮਾਮਲਾ ਤੁਹਾਡੇ 'ਤੇ ਅੰਚ ਹੈ ਜੀ ਇਹ? ਹਾਂਜੀ ਹਾਂਜੀ। ਹਾਂ ਸਰ ਕੀ ਗੱਲ? ਮੁਕੱਦਮਾ ਨੰਬਰ 60 ਮਿਤੀ 9/11/23 ਅੰਡਰਵੇਸ਼ਨ 363 366 ਦਰਿਆਲ ਬਰਖ ਖਿਲਾਫ਼ ਗੋਗਲੀ ਪੁੱਤਰ ਮੇਜਰ ਸਿੰਘ ਰਾਮਗੜ੍ਹ ਦੇ ਖਿਲਾਫ਼ ਦਰਜ ਰਜਿਸਟਰ ਕੀਤਾ ਹੈ, ਦੋਸ਼ੀਆਂ ਦੀ ਤਲਾਸ਼ ਜਾਰੀ ਹੈ ਅਤੇ ਸੋਰਸ ਕੈਂਪ ਚਵੇ ਜਲਦੀ ਇਹਨਾਂ ਨੂੰ ਗ੍ਰਿਫਤਾਰ ਕਰ ਲਵਾਂਗੇ। ਸਰ ਇੱਕ ਲੜਕੀ ਦੇ ਮਾਂ ਨੇ ਇਹ ਗੱਲ ਦਾ ਵੀ ਕਿਹਾ ਕਿ ਜਿਹੜਾ ਉੱਥੋਂ ਮੁੰਡਾ ਗਾ ਗੱਗਾ ਗਿਆ ਸੀ ਵੀ ਉਹ 22,000 ਰੁਪਈਆ ਦੇ ਕੇ ਉਹਨਾਂ ਨੂੰ ਘਰੋਂ ਭਜਾਉਣ ਦੇ ਵਿੱਚ ਉਹਦਾ ਮਦਦ ਕੀਤੀ ਉਹਨਾਂ ਦੀ? ਨਹੀਂ ਨਹੀਂ ਉਹਨੂੰ ਬੁਲਾ ਕੇ ਪੁੱਛਗਿੱਛ ਕੀਤੀ ਸੀ, ਉਹ ਸ਼ੱਕੀ ਸੀਗਾ ਥੋੜ੍ਹਾ ਬਹੁਤਾ, ਪਰ ਉਹਦੇ ਜਿਹੜੇ ਤੱਕ ਕੋਈ ਗੱਲ ਸਮਝ ਨਹੀਂ ਆਈ। ਠੀਕ ਹੈ ਜੀ।